ਵਾਂਸ ਅਗੇਨ ਵੈਲਕਮ ਬੈਕ ਟੂ ਦਾ ਪ੍ਰੋਗਰਾਮ ਫੀਲਡ ਹਾਕੀ ਦਿਨ-ਵਦਨ ਪ੍ਰਚਲਿਤ ਹੁੰਦੀ ਜਾ ਰਹੀ ਹੈ ਤੇ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਜਿਹੜੇ ਕਿ ਫੀਲਡ ਹਾਕੀ ਕਲੱਬਸ ਬਣੇ ਉਹਨਾਂ ਵਿੱਚੋਂ ਇੱਕ ਹੈ ਵੈਸਟ ਕੋਸਟ ਕਿੰਗਸ ਫੀਲਡ ਹਾਕੀ ਕਲੱਬ ਅਤੇ ਇਹਨਾਂ ਵੱਲੋਂ ਹਰ ਸਾਲ ਕੋਈ ਨਾ ਕੋਈ ਐਸਾ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ ਜਿੱਥੇ ਕਿ ਵੱਧ ਚੜ ਕੇ ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਤਾਂ ਕਿ ਹਾਕੀ ਨੂੰ ਪ੍ਰੋਮੋਟ ਕੀਤਾ ਜਾ ਸਕੇ ਇਸ ਵਾਰ ਵੀ ਜੁਲਾਈ ਦੇ ਮਹੀਨੇ 12 13 ਤੇ 14 ਜੁਲਾਈ ਨੂੰ ਇਹ ਪ੍ਰੋਗਰਾਮ ਦਾ ਆਯੋਜਨ ਕਰਨ ਜਾ ਰਹੇ ਨੇ ਤੇ ਇਸ ਬਾਰੇ ਜਾਣਕਾਰੀ ਦੇਣ ਲਈ ਸੜਕੂਲ ਸਟੂਡੀਓ ਦੇ ਵਿੱਚ ਪਹੁੰਚੇ ਜਾਨੂ ਜੀ ਵੈਲਕਮ ਟੂ ਦ ਪ੍ਰੋਗਰਾਮ ਥੈਂਕ ਯੂ ਜੀ ਵੈਲਕਮ ਸੋ ਫੀਲਡ ਹਾਕੀ ਦੀ ਜਦ ਗੱਲ ਕਰਦੇ ਆਂ ਓਵਰ ਦ ইयर्स ਅਸੀਂ ਦੇਖ ਰਹੇ ਆ ਕਿ ਇੰਟਰਸਟ ਬੱਚਿਆਂ ਦਾ ਦਿਨ-ਬਦ ਦਿਨ ਵੱਧਾ ਜਾ ਰਿਹਾ ਹੈ ਬਹੁਤ ਸਾਰੇ ਕਲੱਬਸ ਵੀ ਕਾਇਮ ਕੀਤੇ ਜਾ ਰਹੇ ਨੇ ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ ਬਿਲਕੁਲ ਜਿਵੇਂ ਆਪ ਜੀ ਨੇ ਦੱਸਿਆ ਕਿ ਦਿਨੋਂ-ਦਿਨ ਇਹਦਾ ਉਤਸ਼ਾਹ ਵਧ ਰਿਹਾ ਹੈ ਇਹਦਾ ਜਿਹੜੇ ਕਲੱਬਾਂ ਦਾ ਬੜਾ ਵੱਡਾ ਯੋਗਦਾਨ ਹੈ ਜਿੰਨੇ ਸਾਰੇ ਇੱਥੇ ਕਲੱਬ ਐ ਬਹੁਤ ਮਿਹਨਤ ਕਰਦੇ ਆ ਜਿੰਨੇ ਕੋਚੇਸ ਨੇ ਪੇਰੈਂਟਸ ਨੇ ਹਮ ਹਮ ਆ ਜਦੋਂ ਤੋਂ ਅਸੀਂ ਟੂਰਨਾਮੈਂਟ ਸ਼ੁਰੂ ਕੀਤਾ ਉਦੋਂ ਤੋਂ ਕਹਿ ਸਕਦੇ ਹਾਂ ਕਿ ਹਾਕੀ ਦਾ ਇਹ ਜਿਹੜਾ ਕ੍ਰੇਜ਼ ਆ ਆਪਣੀ ਕਮਿਊਨਿਟੀ ਦੇ ਵਿੱਚ ਦੁਬਾਰਾ ਤੋਂ ਜਿਹੜਾ ਕਿਤੇ ਸੁੱਤਾ ਪਿਆ ਸੀ ਉਹ ਦੁਬਾਰਾ ਜਾਗ ਗਿਆ ਜੀ ਤੇ ਹੁਣ ਤਕਰੀਬਨ ਆਪਣੇ 1000 ਦੇ ਕਰੀਬ ਜਿਹੜਾ ਪੰਜਾਬੀ ਬੱਚਾ ਆ ਉਹ ਹਾਕੀ ਸਿੱਖ ਰਿਹਾ ਆ ਇਹ ਲੂਰ ਮਿਲਣ ਲੈਣ ਦੇ ਵਿੱਚ ਅੱਛਾ ਜੀ ਸਰੀ ਦੇ ਵਿੱਚ ਖਾਸ ਤੌਰ ਉੱਤੇ ਸਿਟੀ ਆਫ ਸਰੀ ਵੱਲੋਂ ਜਿਹੜੀਆਂ ਤੁਹਾਨੂੰ ਦੋ ਹਾਕੀ ਗਰਾਊਂਡਸ ਬਣਾ ਕੇ ਦਿੱਤੇ ਉਹਦੇ ਨਾਲ ਕਿੰਨਾ ਕੁ ਉਤਸ਼ਾਹ ਮਿਲੇ ਇਸ ਸਪੋਰਟ ਨੂੰ ਬਹੁਤ ਜ਼ਿਆਦਾ ਜੀ ਕਿਉਂਕਿ ਇੱਕ ਫੀਲਡ ਦੇ ਵਿੱਚ ਇੰਨੇ ਜਿਹੜੇ ਕਲੱਬਸ ਆ ਜਾਂ ਇੰਨੇ ਜਿਹੜੇ ਬੱਚੇ ਆਉ ਉਹ ਅਕੋਮੋਡੇਟ ਨਹੀਂ ਕਰ ਸਕਦੇ ਤੇ ਬੱਚਿਆਂ ਦੇ ਨਾਲ ਨਾਲ ਜਿਹੜੀਆਂ ਅਡਲਟਸ ਦੀਆਂ ਵੀ ਟੀਮ ਜਿਹੜੀਆਂ ਉਹ ਵੀ ਬਹੁਤ ਨੇ ਸੋ ਜਿਹੜੀ ਟਾਈਮਿੰਗ ਦੀ ਟਰਫ ਦੇ ਉੱਤੇ ਉਹ ਬੜੀ ਵੱਡੀ ਘਾਟ ਸੀਗੀ ਤੇ ਉਹ ਸਾਡੀ ਬੇਨਤੀ ਨੂੰ ਉਹਨਾਂ ਨੇ ਮੰਨਦਿਆਂ ਹੋਇਆਂ ਜਿਹੜਾ ਦੂਜਾ ਸਿਟੀ ਅਫਸਰੀ ਨੇ ਕਾਫੀ ਪੈਸਾ ਲਾ ਕੇ ਜਿਹੜਾ ਆ ਉਹ ਫੀਲਡ ਸਾਨੂੰ ਤੇ ਨਾਲ ਉਹਦੇ ਫੈਸਿਲਿਟੀ ਜਿਹੜੀ ਤਿਆਰ ਕਰਕੇ ਦਿੱਤੀ ਆ ਔਰ ਉਹ ਬੜੇ ਪੋਜ਼ਿਟਿਵ ਆ ਕਹਿੰਦੇ ਵੀ ਸਾਨੂੰ ਤੁਸੀਂ ਐਪਲੀਕੇਸ਼ਨ ਦਿਓ ਅਸੀਂ ਤੀਜੀ ਗਰਾਊਂਡ ਵੀ ਤੁਹਾਨੂੰ ਬੜੀ ਛੇਤੀ ਅਸੀਂ ਲਾ ਕੇ ਦਿਆਂਗੇ ਅੱਛਾ ਇਹਨਾਂ ਰਿਸਪੌਂਸ ਆ ਰਹੇ ਐ ਇਸ ਬਹੁਤ ਜ਼ਿਆਦਾ ਜੀ ਸਿਟੀ ਕਿਉਂਕਿ ਦੇਖਦੀ ਹੁੰਦੀ ਆ ਕਿ ਜਿਹੜੇ ਅਸੀਂ ਫੀਲਡ ਤੇ ਇਨਾ ਖਰਚਾ ਕਰਨਾ ਆ ਬਣਾਉਣਾ ਕਿ ਉਹਦੀ ਬੁਕਿੰਗਸ ਫੁੱਲ ਹੁੰਦੀਆਂ ਨੇ ਔਰ ਅਸੀਂ ਆਪਣਾ ਪ੍ਰੋਮਿਸ ਜਿਹੜਾ ਆ ਉਹ ਪੂਰਾ ਕੀਤਾ ਸੀ ਸਾਰੀਆਂ ਕਲੱਬਾਂ ਨੇ ਔਰ ਉਹਨਾਂ ਦੇ ਸੱਤੇ ਦੇ ਸੱਤੇ ਦਿਨੀ ਸਾਰੇ ਦੋਵੇਂ ਦੇ ਦੋਵੇਂ ਫੀਲਡ ਜਿਹੜੇ ਆ ਉਹ ਬੁੱਕ ਰਹਿੰਦੇ ਆ ਠੀਕ ਸੋ ਲੋਅਰ ਮੇਨਲੈਂਡ ਵਿੱਚ ਜਿੱਥੇ ਇਹ ਕਾਫੀ ਲੋਕ ਇਸ ਨੂੰ ਪਸੰਦ ਕਰ ਰਹੇ ਨੇ ਤੇ ਬੱਚਿਆਂ ਨੂੰ ਭੇਜ ਰਹੇ ਨੇ ਕਿ ਲੋਅਰ ਮੇਨਲੈਂਡ ਤੋਂ ਬਾਹਰ ਵੀ ਹਾਕੀ ਫੀਲਡ ਹਾਕੀ ਜਿਹੜੀ ਹੈ ਇਸ ਵਿੱਚ ਆਪਣੇ ਬੱਚੇ ਆ ਰਹੇ ਨੇ ਬਿਲਕੁਲ ਜੀ ਤੁਸੀਂ ਕਹਿ ਸਕਦੇ ਕਿ ਜਿਹੜਾ ਸਰੀ ਸ਼ਹਿਰ ਆ ਇੱਥੋਂ ਜਿਹੜਾ ਹਾਕੀ ਦਾ ਪ੍ਰਚਾਰ ਆ ਉਹ ਸਾਰੇ ਨਾਰਥ ਅਮਰੀਕਾ 'ਚ ਚਲਾ ਗਿਆ ਔਰ ਟੋਰਾਂਟੋ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇੱਥੋਂ ਵਾਂਗੂ ਹੀ ਇੱਕ ਰੇਜ਼ ਜਿਹੜਾ ਹਾਕੀ ਦਾ ਦੁਬਾਰਾ ਤੋਂ ਉਤਸ਼ਾਹਤ ਹੋ ਰਿਹਾ ਐਡਮਿੰਟਨ ਕੈਲਗਰੀ ਕੈਲੀਫੋਰਨੀਆ ਸੀ ਟੂਰਨਾਮੈਂਟ ਖੇਡਣ ਜਾਈਦਾ ਉੱਥੇ ਵੀ ਕਾਫੀ ਜਿਹੜੀਆਂ ਸਪੋਰਟਸ ਆਰਗੇਨਾਈਜੇਸ਼ਨਸ ਨੇ ਉਹ ਹਾਕੀ ਨੂੰ ਪ੍ਰੋਮੋਟ ਕਰਨ ਲਈ ਹਾਕੀ ਨੂੰ ਦਿਨ-ਬਦਨ ਉਤਸ਼ਾਹਤ ਕਰਨ ਲਈ ਕਾਫੀ ਉਦਦਮ ਕਰ ਰਹੀਆਂ ਜੀ ਹਿੰਦੁਸਤਾਨ ਤਾਂ ਤੁਸੀਂ ਦੇਖ ਰਹੇ ਕਿ ਫੀਲਡ ਹਾਕੀ ਦਾ ਮਾੜਾ ਹੀ ਹਾਲ ਹੋ ਰਿਹਾ ਹੈ ਉੱਥੇ ਤਾਂ ক্রিকেট ਦੀ ਹੀ ਬੱਲੇ-ਬੱਲੇ ਜ਼ਿਆਦਾ ਹੁੰਦੀ ਹੈ ਇੱਥੇ ਤੁਸੀਂ ਕੀ ਕਾਰਨ ਸਮਝਦੇ ਹੋ ਜਿਹਦੇ ਕਰਕੇ ਸੌਕਰ ਤੋਂ ਬਾਅਦ ਹੁਣ ਫੀਲਡ ਹਾਕੀ ਜਿਹੜੀ ਇਹ ਵੀ ਕਾਫੀ ਪ੍ਰਮੋਟ ਹੋ ਰਹੀ ਹੈ ਇਹ ਹਾਕੀ ਦੇ ਵਿੱਚ ਇੱਕ ਤਾਂ ਇਹਦੇ ਵਿੱਚ ਬੜੇ ਵਧੀਆ ਜਿਹੜਾ ਮੈਂ ਕਾਰਨ ਕਹੂੰਗਾ ਉਹ ਇਹ ਹੈ ਕਿ ਜਿਹੜਾ ਹਾਕੀ ਦੇ ਵਿੱਚ ਆ ਉਹਦੇ ਵਿੱਚ ਜਿਹੜੇ ਬੱਚੇ ਪੇਰੈਂਟਸ ਆਪਣੇ ਬੱਚੇ ਪਾਉਂਦੇ ਆ ਉਹਦੇ ਲਈ ਇੱਕ ਤਾਂ ਸਕਾਲਰਸ਼ਿਪ ਜਿਹੜੀ ਆ ਕੁੜੀਆਂ ਲਈ ਖਾਸ ਤੌਰ ਤੇ ਬਹੁਤ ਜ਼ਿਆਦਾ ਯੂਨੀਵਰਸਿਟੀਆਂ ਆ ਜਿਹੜੀਆਂ ਕੈਨੇਡਾ ਅਮਰੀਕਾ ਚ ਉਹ ਪਿਕ ਕਰਦੀਆਂ ਆ ਬੱਚਿਆਂ ਨੂੰ ਜਿਹੜੀਆਂ ਅੱਛੀ ਹਾਕੀ ਖੇਡਦੀਆਂ ਆ ਦੂਜਾ ਜਿਹੜੇ ਆਪਣੇ ਨੌਜਵਾਨ ਬੱਚੇ ਵੀ ਆ ਉਹਨਾਂ ਨੂੰ ਵੀ ਯੂਨੀਵਰਸਿਟੀ ਜਿਹੜੀਆਂ ਸਕਾਲਰਸ਼ਿਪ ਦਿੰਦੀਆਂ ਇਹ ਬੜਾ ਪਲੱਸ ਪੁਆਇੰਟ ਆ ਹਾਕੀ ਤੇ ਜਿਹੜੀਆਂ ਦੂਜੀਆਂ ਸਪੋਰਟਸ ਦੇ ਵਿੱਚ ਨਹੀਂਗਾ ਤੇ ਇੱਕ ਜਿਹੜਾ ਜਿਵੇਂ ਆਪਾਂ ਤੁਸੀਂ ਜ਼ਿਕਰ ਕੀਤਾ ਕਿ ਸੌਕਰ ਜਿਹੜਾ ਉਹ ਕਾਫੀ ਓਵਰ ਹੋ ਗਿਆ ਆਪਣੀ ਕਮਿਊਨਿਟੀ ਦੇ ਵਿੱਚ ਤੇ ਲੋਕਾਂ ਨੂੰ ਸਪੋਰਟਸ ਚਾਹੀਦੀ ਸੀਗੀ ਕਬੱਡੀ ਤੋਂ ਵੀ ਕਿਸੇ ਹੱਦ ਤੱਕ ਮੈਂ ਉਹਨਾਂ ਦਾ ਮਤਲਬ ਮੰਨਦਾ ਨਹੀਂ ਕਹਿੰਦਾ ਪਰ ਲੋਕੀ ਆਕ ਚੁੱਕੇ ਆ ਤੇ ਜਿਹੜੀ ਹਾਕੀ ਜਿਹੜੀ ਪੰਜਾਬੀਆਂ ਦੇ ਬਲੱਡ ਦੇ ਵਿੱਚ ਆ ਪੰਜਾਬੀਆਂ ਦੀ ਆਪਣੀ ਖੇਡ ਆ ਭਾਰਤ ਦੀ ਵੀ ਇਹ ਰਾਸ਼ਟਰੀ ਖੇਡ ਆ ਪੰਜਾਬੀ ਤੇ ਉਹਨੂੰ ਮਤਲਬ ਬਹੁਤ ਜ਼ਿਆਦਾ ਪਿਆਰ ਕਰਦੇ ਆ ਹਾਕੀ ਨੂੰ ਕੀ ਸਰੀਚੋ ਕੋਈ ਕੈਨੇਡੀਅਨ ਹਾਕੀ ਟੀਮ ਵਿੱਚ ਕੋਈ ਪਲੇਅਰ ਗਿਆ ਜੀ ਹਾਂਜੀ ਬਿਲਕੁਲ ਇੱਥੋਂ ਸਰੀ ਦੀ ਧਰਤੀ ਤੋਂ ਰਣਜੀਤ ਦਿਓਲ ਬਿੰਦੀ ਕੁਲਾਰ ਰਵੀ ਕਾਲੂ ਗੱਬਰ ਸਿੰਘ ਜਾ ਹੋਰ ਵੀ ਕਈ ਪੰਜਾਬੀ ਜਿਹੜੇ ਕਲੱਬਸ ਦੀ ਹੀ ਦੇਣ ਹੈਗੀ ਬਿਲਕੁਲ ਕਲੱਬਸ ਦੀ ਔਰ ਪੰਜਾਬੀ ਕਲਬਾਂ ਦੀ ਇਹ ਦੇਣ ਹੈ ਜਿਹੜੇ ਪੰਜਾਬੀ ਮੁੰਡੇ ਔਰ ਮਾਣ ਵਾਲੀ ਗੱਲ ਇਹ ਸੀਗੀ ਜਦੋਂ ਪਿਛਲੀ ਵਾਰ ਪਿਛਲੀ ਤੋਂ ਪਿਛਲੀ ਵਾਰੀ ਚਾਈਨਾ 'ਚ ਜਿਹੜੀਆਂ 올림픽 ਹੋਈਆਂ ਉਦੋਂ ਇੰਡੀਆ ਦੀ ਫੀਲਡ ਹਾਕੀ ਕੁਆਲੀਫਾਈ ਨਹੀਂ ਕਰ ਸਕੀ ਸੀ ਤੇ ਸਾਰੀ ਦੁਨੀਆ ਕੈਨੇਡਾ ਦੀ ਫੀਲਡ ਹਾਕੀ ਜਿਹੜੀ ਟੀਮ ਸੀਗੀ ਉਹਨੂੰ ਆਪਣੇ ਆਪ ਦੇ ਵਿੱਚ ਪੰਜਾਬੀ ਕਮਿਊਨਿਟੀ ਦੇਖ ਰਹੀ ਸੀ ਕਿਉਂਕਿ ਚਾਰ ਮੁੰਡੇ ਉੱਥੇ ਪੱਗਾ ਬਨ ਕੇ ਗਏ ਸੀ ਬਿਲਕੁਲ ओके ਗੱਲ ਕਰੀ ਹੁਣ ਜੁਲਾਈ ਦੇ ਮਹੀਨੇ ਦੀ ਹਰ ਕਿਸੇ ਨੂੰ ਇੰਤਜ਼ਾਰ ਹੁੰਦੀ ਹੈ ਕਿਉਂਕਿ ਬਹੁਤ ਵੱਡੇ ਪੱਧਰ ਤੇ ਤੁਸੀਂ ਇਹ ਚੈਂਪੀਅਨਸ਼ਿਪ ਕਰਵਾਉਂਦੇ ਹੈਗੇ ਹੋ ਸੋ ਇਸ ਸਾਲ ਜਿਹੜੀ ਇਹ ਚੈਂਪੀਅਨਸ਼ਿਪ 12 13 ਨੂੰ ਕਰਾ ਰਹੇ ਹੋ ਇਹਦੇ ਵਿੱਚ ਕਿੱਥੋਂ ਕਿੱਥੋਂ ਟੀਮਾਂ ਆ ਰਹੀਆਂ ਨੇ ਤੇ ਨਾਲ ਤੁਸੀਂ ਇਸ ਨਾਲ ਸਿਰਫ ਹਾਕੀ ਮੈਚੇਜ਼ ਹੀ ਨਹੀਂ ਕਰਾਉਂਦੇ ਇੱਕ ਮਨੋਰੰਜਨ ਦਾ ਵੀ ਮਾਹੌਲ ਇੱਕ ਮੇਲੇ ਵਰਗਾ ਮਾਹੌਲ ਕ੍ਰੀਏਟ ਕਰਦੇ ਹੈਗੇ ਹੋ ਪਹਿਲੀ ਗੱਲ ਤਾਂ ਕਮਿਊਨਿਟੀ ਵੱਲੋਂ ਕਿਹੋ ਜੀ ਸਪੋਰਟ ਆਂਦੀ ਹੈਗੀ ਇਹ ਤੇ ਦੂਸਰਾ ਇਸ ਵਾਰ ਕਿਹੜੀ ਕਿਹੜੀ ਟੀਮਜ਼ ਆ ਰਹੀਆਂ ਨੇ ਇਹ ਜਿਹੜਾ 12 13 14 ਨੂੰ ਕੈਨੇਡਾ ਕੱਪ ਇੰ ਆ ਕਮਿਊਨਿਟੀ ਦਾ ਤਾਂ ਬਹੁਤ ਵੱਡਾ ਸਹਿਯੋਗ ਹੁੰਦਾ ਹੀ ਹੁੰਦਾ ਆ ਸੋਸਾਇਟੀਆਂ ਦਾ ਗੁਰਦੁਆਰਾ ਸਹਿਮਾਨ ਮੀਡੀਆ ਦਾ ਤੇ ਸਾਰਿਆਂ ਨਾਲੋਂ ਵੱਡਾ ਸਹਿਯੋਗ ਹੁੰਦਾ ਸਾਡੇ ਸਪਾਂਸਰਜ਼ ਦਾ ਜਿਹੜੇ ਦਿਲ ਖੋਲ ਕੇ ਇਹਨੂੰ ਸਪੋਰਟ ਕਰਦੇ ਨੇ ਮਾਇਆ ਦੇ ਪੱਖੋਂ ਇਸ ਟੂਰਨਾਮੈਂਟ ਨੂੰ ਕਰਵਾਉਣ ਦੇ ਲਈ ਤੇ ਤਿੰਨੋ ਦਿਨ ਅਸੀਂ ਡਿਫਰੈਂਟ ਡਿਫਰੈਂਟ ਜਿਹੜੀਆਂ ਐਕਟੀਵਿਟੀਆਂ ਰੱਖੀਆਂ ਹੁੰਦੀਆਂ ਆ ਤਾਂ ਕਿ ਲੋਕੀ ਬੋਰ ਨਾ ਹੋਣ ਜਿਹੜੇ ਆਪਣੇ ਇੱਥੇ ਪਰਿਵਾਰਾਂ ਦੇ ਨਾਲ ਆਉਂਦੇ ਆ ਲੋਕੀ ਬੱਚਿਆਂ ਦੇ ਨਾਲ ਬਜ਼ੁਰਗ ਬੜੇ ਵੱਡੀ ਗਿਣਤੀ ਚ ਆਉਂਦੇ ਬੱਚੇ ਫੈਮਲੀਆਂ ਲੇਡੀਆਂ ਆਉਂਦੀਆਂ ਤੇ ਉਹ ਉਹਨਾਂ ਦੇ ਸਾਰਿਆਂ ਦੇ ਅਸੀਂ ਬੈਠਣ ਲਈ ਬੜੇ ਵਧੀਆ ਪ੍ਰਬੰਧ ਕੀਤੇ ਹੁੰਦੇ ਆ ਜੀ ਅੱਡ ਸਾਰਾ ਪਰਿਵਾਰਾਂ ਦੇ ਬੈਠਣ ਲਈ ਹੁੰਦਾ ਆ ਬੱਚਿਆਂ ਦੇ ਖੇਡਣ ਲਈ ਬਾਉਂਸੀ ਕੈਸਲਸ ਵਗੈਰਾ ਜਾਂ ਹੋਰ ਐਕਟੀਵਿਟੀਆਂ ਹੁੰਦੀਆਂ ਉੱਤੇ ਤੇ ਫਾਈਨਲ ਡੇ ਵਾਲੇ ਦਿਨ ਅਸੀਂ ਐਂਟਰਟੇਨਮੈਂਟ ਰੱਖਿਆ ਹੁੰਦਾ ਰਾਈਟ ਬਿਫੋਰ ਜਿਹੜਾ ਫਾਈਨਲ ਮੈਚ ਆ ਉਦੋਂ ਪਹਿਲਾਂ ਇੱਕ ਘੰਟੇ ਦੀ ਜਿਹੜੀ ਸੈਟਮੈਂਟ ਆ ਉਹ ਐਂਟਰਟੇਨਮੈਂਟ ਦੀ ਹੁੰਦੀ ਆ ਜੀ ਤੇ ਇਹਦੇ ਵਿੱਚ तकरीबन 28 ਤੋਂ ਵੱਧ ਜਿਹੜੀਆਂ ਟੀਮਾਂ ਇਸ ਵਾਰੀ ਫੇਰ ਭਾਗ ਲੈਣਗੀਆਂ ਅੱਛਾ ਜੀ ਜਿਨ੍ਹਾਂ ਦੇ ਵਿੱਚ ਅਸੀਂ ਤਿੰਨ categories ਰੱਖੀਆਂ ਆ ਟੂਰਨਾਮੈਂਟ ਦੀਆਂ men's open championship men's social division ਜਿਹੜੀ ਆ ਥੋੜਾ ਜਿਹਾ ਲੋਅਰ ਲੈਵਲ ਹੁੰਦਾ ਉਹਦੀ ਚੈਂਪੀਅਨਸ਼ਿਪ ਤੇ ਇੱਕ women division ਆ ਉਹ open championship ਹੋਵੇਗੀ ਹਾਂਜੀ ਸੋ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਇਹ ਬਿਲਕੁਲ ਫ੍ਰੀ ਇਵੈਂਟ ਹੁੰਦਾ ਹਰ ਇੱਕ ਕੋਈ ਇੱਥੇ ਆ ਸਕਦਾ ਹੈਗਾ ਤੇ ਅਖੀਰ ਵਿੱਚ ਇਹ ਸਪੋਰਟਸ ਦੇ ਵਿੱਚ ਆਮ ਜਨਤਾ ਜਿਹੜੀ ਹੈਗੀ ਆ ਉਹ ਕਿਵੇਂ ਆਪਣਾ ਰੋਲ ਨਿਭਾ ਸਕਦੀ ਹੈ ਕਿ ਇਸ ਨੂੰ ਹੋਰ ਪ੍ਰਮੋਟ ਕੀਤਾ ਜਾਵੇ ਅ ਜੀ ਅਸੀਂ ਕਮਿਊਨਿਟੀ ਤੋਂ ਤਾਂ ਇਹੀ ਸਹਿਯੋਗ ਦੀ ਆਸ ਚੀਆ ਕਿ ਇਹ ਬੜੀ ਮਿਹਨਤ ਤੋਂ ਬਾਅਦ ਇਦਾਂ ਦੀ ਇਵੈਂਟ ਜਿਹੜੀ ਆ ਉਹ ਆਉਂਦੀ ਆ ਤੇ ਤੁਸੀਂ ਸਾਰੇ ਇਹਨੂੰ ਫਾਈਨੈਂਸ਼ੀਅਲੀ ਵੀ ਸਪੋਰਟ ਕਰੋ ਤੇ ਉੱਥੇ ਆ ਕੇ ਜਿਹੜੇ ਇੰਨੀ ਦੂਰੋਂ ਦੂਰੋਂ ਟੀਮਾਂ ਨੇ ਆਉਣਾ ਆ ਆਪਣਾ ਗੈਸਟ ਟੀਮਾਂ ਨੇ ਆਉਣਾ ਪਲੇਅਰਾਂ ਨੇ ਆਉਣਾ ਤੇ ਉਹਨਾਂ ਦੀ ਹੌਸਲਾ ਅਫਜਾਈ ਤਾਂ ਹੀ ਹੋਣੀ ਆ ਕਿ ਜੇ ਉੱਥੇ ਆਪਾਂ ਹੋਮ ਹਮਾ ਕੇ ਪਰਿਵਾਰਾਂ ਸਮੇਤ ਪਹੁੰਚ ਕੇ ਉਹਨਾਂ ਨੂੰ ਫਾਸਲਾ ਦੇਾਂਗੇ ਤੇ ਆਪਣੇ ਸਰੀ ਜਿਹੜਾ ਸ਼ਹਿਰ ਆ ਲੋਰ ਮਿਲਣੇ ਦਾ ਨਾਮ ਵੀ ਆ ਉਹ ਹਾਕੀ ਦੇ ਕਰਕੇ ਹੋਰ ਵੀ ਉੱਚਾ ਹੋਵੇਗਾ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਕਿੱਥੇ ਸੰਪਰਕ ਕੀਤਾ ਜਾ ਸਕਦਾ ਅ ਤੁਸੀਂ ਸਾਡੇ ਨਾਲ ਸਾਡੀ ਈਮੇਲ ਹੈਗੀ ਆ ਜੀ wwwckhockey@gmail.com ਵੈਬਸਾਈਟ ਹੈਗੀ ਆ www.westcoastkings.ca ਤੇ ਜਾਂ ਸਾਨੂੰ ਫੋਨ ਤੇ 604 518 2771 ਤੇ ਵੀ ਸੰਪਰਕ ਕਰ ਸਕਦੇ ਹੋ ਦੱਸੋ ਹੰਦਲ ਜੀ ਬੈਸਟ ਵਿਸ਼ਸ ਐਂਡ ਸ਼ੁਭਕਾਮਨਾਵਾਂ ਕਿ ਤੁਸੀਂ ਹੋਰ ਇਹੋ ਜਿਹੇ ਪ੍ਰੋਗਰਾਮਸ ਲੈਵਲ ਤੇ ਸਾਡੇ ਬੱਚੇ ਜਿਹੜੇ ਨੇ ਖਾਸ ਤੌਰ ਤੇ ਉਹ ਜੁੜ ਰਹੇ ਨੇ ਇੱਕ ਚੰਗੀ ਸਪੋਰਟ ਨਾਲ ਧੰਨਵਾਦ ਐਂਡ ਬੈਸਟ ਵਿਸ਼ਸ ਥੈਂਕ ਯੂ ਜੀ